ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀਓ, ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ। ਜਿਵੇਂ ਆਪ ਜਾਣਦੇ ਹੀ ਹੋ, ਇਹ ਜੋ ਸ੍ਰੀ ਗੁਰੂ ਸਿੰਘ ਸਭਾ ਦੇ ਇਲੈਕਸ਼ਨ 1 ਅਕਤੂਬਰ ਨੂੰ ਆ ਰਹੇ ਹਨ, ਉੱਥੇ ਹੁੰਮ ਹੁੰਮ ਆ ਕੇ ਪੁੱਜ ਕੇ ਸ਼ੇਅਰ ਗਰੁੱਪ ਦੀ ਪੂਰੀ ਸਪੋਰਟ ਕਰੋ ਅਤੇ ਆਪਣੀਆਂ ਵੋਟਾਂ ਪਾਓ। ਕਿਉਂਕਿ ਜਿਸ ਤਰ੍ਹਾਂ ਆਪ ਜਾਣਦੇ ਹੋ, ਪਿਛਲੀ ਟਰਮ ਵਿੱਚ ਜੋ ਸ਼ੇਅਰ ਗਰੁੱਪ ਨੇ ਨੌਜਵਾਨਾਂ ਨੂੰ ਪਹਿਲੀ ਵਾਰੀ ਚਾਂਸ ਦਿੱਤਾ ਸੀਗਾ, ਅਤੇ ਉਹ ਵੱਡੀ ਪੋਸਟ 'ਤੇ ਪਹਿਲਾ ਜੋ ਜਨਰਲ ਸਕੱਤਰ ਉਹ ਨੌਜਵਾਨ ਵੀਰ ਨੂੰ ਚਾਂਸ ਦਿੱਤਾ ਸੀਗਾ, ਅਤੇ ਦਾਸ ਨੂੰ ਵੀ ਸਟੇਟ ਸਕੱਤਰ ਦੇ ਅਹੁਦੇ ਦੀ ਸੇਵਾ ਦਿੱਤੀ ਸੀਗੀ। ਅਤੇ ਕੋਈ ਸਾਨੂੰ ਕੋਈ ਯੂਥ ਨੂੰ ਕੋਈ ਰੋਕ ਟੋਕ ਨਹੀਂ ਹੈਗੀ। ਉਸ 3 ਸਾਲ ਜਿਵੇਂ ਮਹਾਰਾਜ ਨੇ ਸੇਵਾ ਲਈ ਆਪਾਂ ਸਾਰਿਆਂ ਨੇ ਰਲ ਮਿਲ ਕੇ ਨਿਭਾਈ ਹੈ। ਅੱਗੇ ਜੋ ਪੱਖਪਾਤ ਹੁੰਦਾ ਸੀਗਾ ਪ੍ਰਚਾਰ ਵਿੱਚ, ਉਹ 3 ਸਾਲ ਉਹ ਨਹੀਂ ਹੋਇਆ। ਸਾਰੀਆਂ ਜਥੇਬੰਦੀਆਂ ਨੂੰ ਪੂਰਾ ਪੂਰਾ ਖੁੱਲ੍ਹਾ ਸੱਦਾ, ਖੁੱਲ੍ਹਾ ਟਾਈਮ ਸਟੇਜ 'ਤੇ ਦਿੱਤਾ ਗਿਆ ਸੀਗਾ, ਅਤੇ ਨਾ ਕੋਈ ਕਮੇਟੀ ਤੋਂ ਕਿਸੇ ਨੌਜਵਾਨ ਨੂੰ ਕੋਈ ਰੋਕ ਟੋਕ ਹੋਈ ਆ। ਸਾਰੀ ਨੌਜਵਾਨ ਜੋ ਜਥੇਬੰਦੀਆਂ ਹਨ, ਭਾਵੇਂ ਉਹ ਬੇਸਿਕਸ ਆਫ ਸਿੱਖੀ ਹੋਵੇ, ਭਾਵੇਂ ਸਿੱਖ ਟੂ ਇੰਸਪਾਇਰ ਹੋਵੇ, ਭਾਵੇਂ ਸਵਾਟ ਹੋਵੇ, ਜਿੰਨੀਆਂ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਨਾਲ ਮੋਢਾ ਅਤੇ ਮੋਢੇ ਨਾਲ ਮੋਢਾ ਜੋੜ ਕੇ ਜੋ ਸ਼ੇਅਰ ਗਰੁੱਪ ਨੇ ਪੂਰਾ ਸਾਥ ਦਿੱਤਾ ਹੈ, ਅੱਗੇ ਵੀ ਦੇਣਗੇ। ਪਿਛਲੀ ਵਾਰੀ ਸ਼ੇਅਰ ਗਰੁੱਪ ਵਿੱਚ ਜੋ 3 ਨੌਜਵਾਨ ਸਨ, ਇਸ ਵਾਰੀ 6 ਨੌਜਵਾਨ ਹਨ, ਅਤੇ ਉਹ ਵੀ ਜਿਵੇਂ ਪਹਿਲੇ 3 ਸੀਗੇ ਹੁਣ 6 ਹਨ, ਅੱਗੇ ਹੋਰ ਵੀ ਵਧੂਗੇ। ਕਿਉਂਕਿ ਉਹ ਪੂਰਾ ਸਹਿਯੋਗ ਦਿੰਦੇ ਹਨ, ਨੌਜਵਾਨਾਂ ਦਾ ਪੂਰਾ ਸਹਿਯੋਗ ਦਿੰਦੇ ਹਨ, ਅਤੇ ਨੌਜਵਾਨ ਆਪਣੇ ਵੱਡਿਆਂ ਤੋਂ ਸਿੱਖ ਕੇ ਸੇਧ ਲੈ ਕੇ ਅੱਗੇ ਸੁਚੱਜਾ ਪ੍ਰਬੰਧ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਹ ਸਾਰੇ ਸ਼ੇਅਰ ਗਰੁੱਪ ਦੇ ਨੌਜਵਾਨਾਂ ਦਾ ਪੂਰਾ ਸੰਗਤਾਂ ਨੂੰ ਵਾਅਦਾ ਹੈ। ਅਸੀਂ ਭਰੋਸਾ ਦਿਵਾਉਂਦੇ ਹਾਂ, ਜੇ ਤੁਸੀਂ ਸਾਨੂੰ ਚਾਂਸ ਦਿਓਗੇ ਤਾਂ ਜਿਵੇਂ ਮਹਾਰਾਜ ਨੇ ਚਾਹਿਆ ਸੁਚੱਜੇ ਢੰਗ ਨਾਲ ਅੱਗੇ ਵੀ ਇਸੇ ਤਰ੍ਹਾਂ ਨੌਜਵਾਨ ਆਪਣੇ ਵੱਡਿਆਂ ਨਾਲ ਮਹਾਰਾਜ ਦੀ ਅਸੀਸ ਲੈ ਕੇ ਸੇਵਾ ਕਰਨਗੇ। ਤੇ ਯਾਦ ਰੱਖਿਓ, 1 ਦੀ ਸਵੇਰ ਨੂੰ ਵੋਟ ਪਾਓ ਸ਼ੇਅਰ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।